ਸਭ ਤੋਂ ਪਹਿਲੀ ਗਲਤੀ ਸੁਖਵੀਰ ਸਿੰਘ ਬਾਦਲ ਦੀ ਹੈ ਜੀ ਉਹ ਆਦਾ ਮਤ ਢੱਲੇਦਾਰ ਲੀਡਰ ਭੇਜਿਆ ਹਾਂਜੀ ਜਿਹੜਾ ਢੱਲੇਦਾਰ ਸੀ ਉਹ ਫਰੋਇਪਰ ਭੱਜਿਆ ਕਿਉਂ ਜੀ ਐਮਸੀ ਦਾ ਇਲੈਕਸ਼ਨ ਆਇਆ ਜੀ ਸੁਖਵੀਰ ਸਿੰਘ ਬਾਦਲ ਦੇ ਪਹੁੰਚਣ ਤੋਂ ਬਿਨਾ ਜੀ ਉਸ ਇਨਸਾਨ ਨੇ ਪੇਪਰ ਫੈਲ ਕੀਤੇ ਤੇ ਜਦੋਂ ਜੁੱਤੀਆਂ ਪਈਆਂ ਅੰਦਰ ਜਾ ਕੇ ਲੁੱਗ ਗਿਆ ਢੱਲੇਦਾਰ ਕਹਾਦਾ ਹਜ਼ਾਰਾਂ ਕਰੋੜ ਦੇ ਸਕੈਂਡਲ ਕਰਨ ਵਾਲਾ ਬੰਦਾ ਉਹਦਾ ਕਮਾਊ ਪੁੱਤ ਆ ਤੁਹਾਡੇ ਸਾਹਮਣੇ ਹਜ਼ਾਰ ਕਰੋੜ ਦਾ ਸਕੈਂਡਲ ਇੱਕ ਨਹੀਂ ਆ ਕਈ ਹੈ ਅੱਜ ਵੀ ਉਹ ਹੋ ਸਕਦਾ ਮਹਾਰਾਜ ਕਿਰਪਾ ਕਰੇ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਚ ਜਾਊਗਾ ਪਰ ਇਹ ਜਦੋਂ ਤੁਸੀਂ ਪਾਰਟੀ ਦੇ ਵਿੱਚ ਰਹੇ ਤੁਸੀਂ ਉਦੋਂ ਸਕੈਂਡਲ ਨਸ਼ਰ ਕਿਉਂ ਨਹੀਂ ਕੀਤੇ ਅਸੀਂ ਤਾਂ ਕਹਿੰਦੇ ਸੀ ਚੋਰ ਤੇ ਅੱਗੇ ਲਾਏ ਆ ਹਰੇਤਾ ਵਿੱਚ ਨਾਲ ਰੋਜੀ ਹੁਣੀ ਸਾਰੇ ਇਹ ਅਸੀਂ ਆਦੇ ਰਹੇ ਆ ਮੈਨੂੰ ਆਪ ਬੰਦ ਰਾ ਸਕਬੀਰ ਸਿੰਘ ਬਾਦਲ ਦਿੱਤਾ ਵਿੱਚ ਤੁਹਾਨੂੰ ਖੁਦ ਕਹਿੰਦੇ ਰਹੇ ਤੁਸੀਂ ਵਿੱਚੋ ਕਿਹਾ ਜੀ ਉਹਨਾਂ ਨੇ ਮੇਰੇ ਮੂੰਹ ਤੇ ਕਰਾ ਲਓ ਜੇ ਮੈਂ ਹਰੇਤਾ ਵਿੱਚ ਦਾ ਤੇ ਮੇਰੀ ਵੀ ਟਿਕਟ ਰਹਿਣੀ ਸੀ ਪਰ ਉਹਲਾ ਨਹੀਂ ਸੀਗੇ